ਹਾਂ ਫਿਰ ਸਭ ਤੋਂ ਜ਼ਿਆਦਾ ਮਜ਼ਾਕ ਇੰਨੇ ਮੇਰੇ ਸਰੀਰ ਦਾ ਡਾਇਆ ਹੁਣ ਆਪਾਂ ਖਾਣ ਪੀਣ ਵਾਲੇ ਬੰਦੇ ਆ ਮੈਂ گاؤں ਵਾਲਾ ਬੰਦਾ ਆ ਮੈਂ ਇੱਕ گاؤں ਮੇਰੀ ਆਪਣੀ ਖਰਾਕ ਆ ਮੈਂ ਮਿਹਨਤ ਕਰਦਾ ਮੈਂ ਜਿੰਮ ਵੀ ਜਾਂਦਾ ਮੈਂ ਸਭ ਕੁਝ ਕਰਦਾ ਤੇ ਇਹ ਇਹ ਆਪ ਕਿੱਡਾ ਕਿ ਇੱਕ ਕਿਸ ਗੇਣਾ ਕਿ ਤੇ ਮਸਲ ਨਿਕਲੇ ਤੇ ਮੈਨੂੰ ਕਹਿੰਦਾ ਹੀ ਨਹੀਂ ਗੱਲ ਇਨੂੰ ਪੁੱਛਣ ਵਾਲਾ ਹੋਵੇ ਕੋਈ ਤੁਹਾਨੂੰ ਇਸ ਗੱਲ ਦਾ ਗੁੱਸਾ ਆਇਆ ਦੁੱਖ ਹੋਣਾ ਕੁਦਰਤੀ ਹੈ ਵੀ ਤੁਹਾਨੂੰ ਵਾਰ-ਵਾਰ ਮੋਟਿਆ じゃ ਕਿਹਾ ਉਹ ਮੋਟੇ ਕਿਉਂ ਕਹਿੰਦੇ ਸੀ ਕਿ ਤੂੰ ਜਦ ਤੇਰੇ ਮਸਲ ਨਿਕਲੇ ਤੂੰ ਬਾਡੀ ਬਿਲਡਰ ਹੈਂ ਤੈਨੂੰ ਸ਼ਰਮ ਕਰ ਰੇ ਦੂਜੇ ਬੰਦੇ ਨੂੰ ਕਿੰਨੂੰ ਕਹਿਣ ਡਿਆ ਆਪ ਤੂੰ ਬੜਾ ਕੇ ਤੇ ਹੋਵੇਂ ਤੇ ਫੇਰ ਅਗਲੇ ਨੂੰ ਕਹਿੰਦਾ ਵੀ ਚੰਗਾ ਲੱਗਦਾ ਇਹ ਮੈਨੂੰ ਕਹੀ ਆ ਮੈਂ ਚਲੋ ਕਹੀ ਜਾ ਆਪਣੀ ਆਪਣੀ ਮਾਨਸਿਕਤਾ ਆ ਲੋਕ ਵੀ ਨਜ਼ਾਰਾ ਲਈ ਗਏ ਲੋਕਾਂ ਦੇ ਲੋਕ ਕਈ ਤੇ ਬੇਸ਼ਰਮੀ ਨੇ ਹੈਗੇ ਲੋਕੀ ਸੱਚੀ ਆਪ ਭਾਵੇਂ ਜਿੰਦਾ ਮਰਜੀ ਮੋਟੇ ਹੋਣ ਪਰ ਮੈਨੂੰ ਕਹਿਣ ਡੈ ਨੇ ਹਾਂ ਤੇ